ਪ੍ਰਧਾਨ ਸੀ ਤੇ ਤੁਸੀਂ ਵੇਖ ਹੀ ਲਿਆ 78 ਤੋਂ 18 ਤੇ ਲੈ ਆਂਦਾ ਤੁਸੀਂ, ਹੁਣ ਕੀ ਹੋਰ ਚਾਹੁੰਦੇ ਨੇ ਇਹਨਾਂ ਨੂੰ ਪੁੱਛ ਲਓ ਜੀ। ਵੀ ਆਪਣਾ ਨਵਾਂ ਅਖਾੜਾ ਜਿਹੜਾ ਲਾਣਾ ਨਾ, ਇਹ ਗੱਲ ਚੰਗੀ ਗੱਲ ਹੈ। ਕੋਈ ਤੇ ਉਹਨਾਂ ਨੂੰ ਇਹੀ ਬੇਨਤੀ ਕਰੂੰਗਾ ਸਿੱਧੂ ਸਾਹਿਬ ਨੂੰ ਕਿ ਥੋੜਾ ਜਿਹਾ ਮੈਚਿਓਰਟੀ ਤੋਂ ਦੇਖੋ, ਜੇ ਤੁਹਾਨੂੰ ਇਸ ਜਮਾਤ ਨੇ ਇੱਜ਼ਤ ਮਾਨ ਦੇ ਹੀ ਦਿੱਤਾ ਤੇ ਉਹਨੂੰ ਡਾਇਜੈਸਟ ਵੀ ਕਰੋ, ਇਹੋ ਜਿਹਾ ਕੰਮ ਨਾ ਕਰੋ। ਤੁਸੀਂ ਅੱਗੇ ਹੀ ਪ੍ਰਧਾਨ ਸੀ ਤੇ ਤੁਸੀਂ ਵੇਖ ਹੀ ਲਿਆ 78 ਤੋਂ 18 ਤੇ ਲੈ ਆਂਦਾ ਤੁਸੀਂ, ਹੁਣ ਕੀ ਹੋਰ ਚਾਹੁੰਦੇ ਨੇ ਇਹਨਾਂ ਨੂੰ ਪੁੱਛ ਲਓ ਜੀ। ਮੈਂ ਤੇ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਚੁੱਪ ਹੋ ਕੇ ਪਾਰਟੀ ਦੇ ਕਾਡਰ ਨਾਲ ਚੱਲੋ, ਪਾਰਟੀ ਦੀਆਂ ਜਿਹੜੀਆਂ ਸਟੇਜਾਂ ਨੇ ਉਹਦੇ ਤੇ ਆਓ। ਹੁਣ 2 ਦਿਨ ਬਾਅਦ ਸਾਡੇ ਧਰਨੇ ਨੇ, ਇੱਕ ਇੱਥੇ ਜਗਰਾਓਂ ਧਰਨਾ, ਉਸ ਤੋਂ ਬਾਅਦ ਇੱਕ ਫਗਵਾੜੇ ਧਰਨਾ, ਉਹ ਸਟੇਜ ਤੇ ਆਓ ਤੇ ਉੱਥੇ ਬੋਲੋ ਜੇ ਕੁਝ ਬੋਲਣਾ। ਤੁਸੀਂ ਆਪਣਾ ਨਵਾਂ ਅਖਾੜਾ ਜਿਹੜਾ ਲਾਣਾ ਨਾ, ਇਹ ਗੱਲ ਚੰਗੀ ਗੱਲ ਹੈ। ਕੋਈ ਪੰਜਾਬ ਦਾ ਕਾਂਗਰਸਮੈਨ ਜਿਹੜਾ ਇਹਨੂੰ ਚੰਗਾ ਨਹੀਂ ਸਮਝਦਾ, ਤੇ ਜਿਹੜੇ ਕੋਈ ਨੇਕ ਸਾਥੀ ਵੀ ਆਏ ਨੇ ਰਾਏ ਦੇਣ ਵਾਲੇ ਸਿੱਧੂ ਸਾਹਿਬ ਨੂੰ, ਉਹ ਵੀ ਮੇਰੇ ਖਿਆਲ ਇਹੀ ਰਾਏ ਦਿੰਦੇ ਹੋਣਗੇ ਕਿ ਆਪਣਾ ਵੱਖਰਾ ਜਿਹੜੀ ਸਟੇਜ ਨਾ, ਜਦੋਂ ਆਪਾਂ ਇੱਕ ਪਾਰਟੀ ਦੇ ਵਿੱਚ ਵੱਖਰੀ ਸਟੇਜ ਤੁਸੀਂ ਲਾ ਹੀ ਨਹੀਂ ਸਕਦੇ, ਜਿਹੜੀ ਪਾਰਟੀ ਦੀ ਸਟੇਜ ਲੱਗਦੀ ਉਹਦੇ ਤੇ ਜਾਓ ਤੁਸੀਂ। ਉਹਨਾਂ ਨੂੰ ਕਦੀ ਕਿਸੇ ਨੂੰ ਰੋਕਿਆ ਨਹੀਂ, ਸਾਰਿਆਂ ਨੂੰ ਵੈਲਕਮ ਹੈ। ਆ ਮੇਰੇ ਵੱਲੋਂ ਹੀ ਚਲੋ ਸੱਦਾ ਸਮਝ ਲਓ, 21 ਤੇ 22 ਤਰੀਕ ਦੇ ਸਾਡੇ ਧਰਨੇ ਜਿਹੜੇ ਨੇ ਗਵਰਨਮੈਂਟ ਆਫ ਪੰਜਾਬ ਦੇ ਖਿਲਾਫ, ਸਾਡੇ ਵੱਲੋਂ ਇਹ ਕਹਿਣਗੇ ਕਿ ਮੈਨੂੰ ਕਿਸੇ ਸੱਦਾ ਨਹੀਂ ਦਿੱਤਾ, ਤੁਸੀਂ ਮੇਰੇ ਵੱਲੋਂ ਪ੍ਰਤਾਪ ਸਿੰਘ ਬਾਜਵਾ ਵੱਲੋਂ ਸੱਦਾ ਸਮਝੋ ਕਿ ਆਓ ਸਟੇਜ ਤੇ ਬੋਲੋ, ਤੁਹਾਨੂੰ ਟਾਈਮ ਵੀ ਦਾਂਗੇ, ਉੱਥੇ ਗੱਲ ਕਰੋ ਜੇ ਕਰਦੇ, ਵੱਖਰੀ ਗੱਲ ਹੈ।